ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਮਿਸ਼ੀਗਨ ਤੋਂ ਅੱਜ ਦਾ ਪ੍ਰੋਗਰਾਮ ਲਾਈਵ ਤੁਸੀਂ ਦੇਖ ਰਹੇ ਹੋ। ਗੱਲਾਂ ਬਾਤਾਂ ਚੱਲ ਰਹੀਆਂ ਨੇ ਜਿਹੜਾ ਨੌਵਾਂ ਖੇਡ ਮੇਲਾ ਕੱਲ੍ਹ ਨੂੰ ਇੱਥੇ ਹੋ ਰਿਹਾ ਉਹਦੇ ਬਾਰੇ ਅਤੇ ਇਸ ਤੋਂ ਬਾਅਦ ਜਿਹੜੇ ਕੱਲ੍ਹ ਵਾਲੇ ਮੇਲੇ ਦੇ ਵਿੱਚ ਪਰਫੋਰਮ ਕਰਨਾ ਜਿਹਨਾਂ ਨੇ ਤੁਹਾਡਾ ਮਨੋਰੰਜਨ ਕਰਨਾ ਘਰਾਂ 'ਚ ਬੈਠੇ ਦਰਸ਼ਕਾਂ ਦਾ ਵੀ ਇੱਥੇ ਮਿਸ਼ੀਗਨ ਦੇ ਆਲੇ ਦੁਆਲੇ ਦਾ ਵੀ ਉਹ ਸੁਰਜੀਤ ਖਾਨ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਕੋਲ ਵੀ ਗੀਤ ਸੰਗੀਤ ਦੇ ਮਾਹੌਲ ਵਿੱਚ ਲੈ ਕੇ ਚੱਲਾਂਗੇ ਅਤੇ ਹੁਣ ਥੋੜ੍ਹੀ ਦੇਰ ਵਾਸਤੇ ਸਾਡੇ ਨਾਲ ਜੁੜੇ ਨੇ ਸੁਖਦੇਵ ਸੇਖੋਂ ਸਾਹਿਬ ਅਤੇ ਜਸਵਿੰਦਰ ਧਾਲੀਵਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ ਸੇਖੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਜੱਗੀ ਸਾਹਿਬ ਸਾਰੇ ਸਾਡੇ ਸਰੋਤਿਆਂ ਨੂੰ ਜੀ ਜੀ ਅਤੇ ਆਪਾਂ ਸ਼ੁਰੂ ਤੋਂ ਗੱਲ ਸ਼ੁਰੂ ਕਰਦੇ ਪਹਿਲੇ ਬਿਲਕੁਲ ਜੀ ਹਾਂਜੀ ਪਹਿਲਾ ਮੇਲਾ ਕਿਹੜੇ ਸਥਾਨ 'ਚ ਅਤੇ ਕਿਵੇਂ ਉਹ ਸਵਾਬ ਬਣਿਆ? ਇਹ ਜੀ ਆਪਣਾ ਨੌਵਾਂ ਮੇਲਾ ਹੈ ਹਾਂਜੀ ਇਹਦਾ ਮਤਲਬ ਕਿ ਪਹਿਲਾ ਮੇਲਾ ਅੱਜ ਤੋਂ 9 ਸਾਲ ਪਹਿਲਾਂ 2007 ਦੇ ਸ਼ੁਰੂ ਹੋਇਆ। ਅੱਛਾ ਜੀ ਹਾਂਜੀ 2007 ਤੋਂ ਅਤੇ ਉਦੋਂ ਕਿਵੇਂ ਸਵਾਬ ਬਣਿਆ ਤੁਸੀਂ ਇਹ ਵੀ? ਉਦੋਂ ਪਹਿਲਾਂ ਸਾਨੂੰ ਇਹ ਸੀਗਾ ਜੀ ਕਿ ਸਾਡੇ ਇੱਥੇ ਕੋਈ ਫੈਮਿਲੀ ਇਵੈਂਟ ਨਹੀਂ ਹੁੰਦਾ ਜਿਸ ਤਰ੍ਹਾਂ ਕੋਈ ਫੈਮਿਲੀ ਪਿਕਨਿਕ ਹੋਵੇ ਜਾਂ ਕੋਈ ਇਸ ਤਰ੍ਹਾਂ ਆਪਾਂ ਇਕੱਠੇ ਹੋ ਕਰੀਏ ਜਿਸ ਸਾਰੇ ਆਪਣੀ ਫੈਮਿਲੀਆਂ ਇਕੱਠੀਆਂ ਬਹਿਣ ਮਤਲਬ ਇੰਜੋਇਮੈਂਟ ਕਰਨ ਫੂਡ ਹੋਵੇ ਅਤੇ ਫਿਰ ਸਿੰਗਰ ਵੀ ਹੋਵੇ ਜਾਂ ਇਹੋ ਜਿਹੇ ਐਕਟੀਵਿਟੀਜ਼ ਹੋਣ ਥੋੜ੍ਹੀ ਸਪੋਰਟਸ ਹੋਣ ਰਾਈਟ ਅਤੇ ਪਹਿਲਾਂ ਅਸੀਂ ਉਦੋਂ ਦੋਸਤ ਤੋਂ ਰਲ ਕੇ ਅਸੀਂ 16 ਕਮੇਟੀ ਮੈਂਬਰ ਅਸੀਂ ਰਲ ਕੇ ਬੈਠੇ ਕੇ ਮੀਟਿੰਗਾਂ ਕੀਤੀਆਂ ਕਿ ਆਪਾਂ ਨੂੰ ਕੁਝ ਇਹੋ ਜਿਹਾ ਜ਼ਰੂਰ ਚਾਹੀਦਾ ਜਿੱਥੇ ਆਪਣੀਆਂ ਫੈਮਿਲੀਆਂ ਆਪਣੇ ਬੱਚੇ ਆ ਇਹ ਆਪਣੇ ਕਲਚਰ ਦੇ ਨਾਲ ਕਨੈਕਟ ਹੋਣ ਰਾਈਟ। ਫਿਰ ਤੁਸੀਂ ਸ਼ੁਰੂ ਕਰਤਾ? ਫਿਰ ਅਸੀਂ ਸ਼ੁਰੂ ਕਰਤਾ 9 ਸਾਲ ਪਹਿਲਾਂ ਅਤੇ ਉਦੋਂ ਵੀ ਇਹੀ 16 ਮੈਂਬਰ ਸੀਗੇ ਕਿ ਹੋਰ ਸੀਗੇ ਉਦੋਂ ਕੋਈ ਪਹਿਲਾਂ ਸ਼ੁਰੂਆਤੀ? ਉਦੋਂ ਥੋੜ੍ਹਾ ਜਿਹਾ ਇਹਨੂੰ ਡਿਫਰੈਂਸ ਸੀਗਾ ਜੀ। ਅੱਛਾ ਕੁਝ ਮਤਲਬ ਕਿ ਡਿਫਰੈਂਟ ਥੋੜ੍ਹਾ ਜਿਹਾ ਬਸ ਮੇਨ ਇਹੀ ਸੀਗੇ। ਅੱਛਾ ਇਹਦਾ ਕੀ ਕਾਰਨ ਆ ਜਿਹੜਾ ਤੁਸੀਂ ਉਹ ਕੋਈ ਅਹੁਦਾ ਨਹੀਂ ਕਿਸੇ ਨੂੰ ਦਿੱਤਾ? ਅਹੁਦਾ ਇਸ ਤਰ੍ਹਾਂ ਜੀ ਅਸੀਂ ਚਾਹੁੰਦੇ ਕਿ ਸਾਡੇ ਸਾਰੇ ਜਿਹੜੇ ਮੈਂਬਰ ਨੇ ਨਾ ਉਹ ਇਕੁਅਲ ਨੇ ਬਰਾਬਰ ਨੇ। ਤੁਸੀਂ ਵੀ ਆਮ ਆਦਮੀ ਪਾਰਟੀ ਵਾਂਗੂ ਜੀ ਸਾਰੇ ਸੀਐਮ ਸਾਹਿਬ ਨੇ ਸਾਰੇ ਸੀਐਮ ਸਾਹਿਬ ਜੀ ਬਿਲਕੁਲ। ਅੱਛਾ ਧਾਲੀਵਾਲ ਸਾਹਿਬ ਅਤੇ ਤੁਸੀਂ ਸ਼ੁਰੂ ਤੋਂ ਜੁੜੇ ਹੋ ਨਾਲ? ਹਾਂਜੀ ਮੈਂ ਸ਼ੁਰੂ ਤੋਂ ਜੁੜਿਆ ਹਾਂ ਜੀ। ਅਤੇ ਉਦੋਂ ਕੀ ਰੰਗ ਸੀ ਮੇਲੇ ਦਾ? ਕਿੰਨੀ ਕੁ ਆਡੀਅੰਸ ਉਦੋਂ ਆਉਂਦੀ ਸੀ ਅਤੇ ਖਰਚਾ ਵੀ ਉਦੋਂ ਥੋੜ੍ਹਾ ਹੁੰਦਾ ਹੋਣਾ ਸ਼ੁਰੂ ਥੋੜ੍ਹੇ ਜਿਵੇਂ ਦੱਸਿਆ ਉਹਨਾਂ ਨੇ ਵੀ 16,000 ਤੋਂ ਸ਼ੁਰੂ ਕੀਤਾ ਸੀ। ਹਾਂਜੀ 16,000 ਤੋਂ ਸ਼ੁਰੂ ਕੀਤਾ ਸੀਗਾ। ਅਤੇ ਦਰਸ਼ਕ ਕਿੰਨੇ ਕੁ ਹੁੰਦੇ ਸੀ ਉਦੋਂ ਪਹਿਲੇ ਮੇਲੇ 'ਚ ਕਿੰਨੇ ਕੁ ਆਏ ਸੀ? ਪਹਿਲੇ ਮੇਲੇ ਦੇ ਵਿੱਚ 700-800 ਦੇ ਲਗਭਗ ਹੋਣਾ ਜੀ। ਥੋੜ੍ਹੀ ਸੀਗੀ ਹੁਣ ਤਾਂ ਕਾਫੀ ਬਹੁਤ ਹੁਣ ਤਾਂ ਕਾਫੀ ਜ਼ਿਆਦਾ ਹੋ ਜਾਂਦੇ ਨੇ। ਤੇ ਉਹਦਾ ਤੁਹਾਡਾ ਹੁਣ ਉਤਸ਼ਾਹ ਜਿਹੜਾ ਜਿਵੇਂ ਸ਼ੁਰੂ ਕਰਨ ਵੇਲੇ ਸੀਗਾ ਹੁਣ ਅੱਜ ਨੌਵਾਂ ਮੇਲਾ ਹੈਗਾ ਤਾਂ ਕੀ ਅੱਗੇ ਤੁਸੀਂ ਚਾਹੁੰਦੇ ਹੋ ਕਿ ਇਸ ਮੇਲਾ ਇਹ ਮੇਲਾ ਕਿੱਥੇ ਤੱਕ ਜਾਏਗਾ? ਅਸੀਂ ਇਹਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਅੱਗੇ ਲਿਜਾਣਾ ਚਾਹੁੰਦੇ ਹਾਂ। ਅਤੇ ਕਿੰਨਾ ਕੁ ਕਬੱਡੀ ਤੇ ਜ਼ਿਆਦਾ ਜੋਰ? ਅੱਛਾ ਤੇ ਤੁਸੀਂ ਖੁਦ ਵੀ ਖੇਡਦੇ ਹੋ ਗੇਮ? ਨਹੀਂ ਮੈਂ ਕੋਈ ਗੇਮ ਨਹੀਂ ਖੇਡਦਾ। ਸ਼ੌਕ ਕਿਸੇ ਗੇਮ ਦਾ? ਵਾਲੀਬਾਲ ਦਾ ਥੋੜ੍ਹਾ ਜਿਹਾ। ਅੱਛਾ ਅੱਛਾ ਮੈਂ ਬਹੁਤ ਗੇਮਾਂ ਖੇਡਦਾ ਜੀ, ਵੀਡੀਓ ਗੇਮਾਂ ਦਾ ਬਹੁਤ ਸ਼ੌਕ ਮੈਨੂੰ। ਠੀਕ ਹੈ ਅਤੇ ਅੱਛਾ ਵਾਲੀਬਾਲ ਦਾ ਚਲੋ ਵਧੀਆ। ਸੇਖੋ ਸਾਹਿਬ ਹੋਰ ਮੇਲੇ ਬਾਰੇ ਜਾਣਕਾਰੀ, ਕਿਉਂਕਿ ਮੇਲਾ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਉਹ ਬਹੁਤ ਸੌਖੇ ਨਹੀਂ ਹੁੰਦੇ, ਬੜੇ ਔਖੇ ਨੇਪਰੇ ਚੜ੍ਹਦੇ ਆ। ਹਾਂਜੀ ਹਾਂਜੀ ਕੋਈ ਹਰੇਕ ਦਾ ਧਿਆਨ ਰੱਖਣਾ ਪੈਂਦਾ, ਕੋਈ ਗੁੱਸੇ ਨਾ ਹੋ ਜਾਵੇ, ਕੋਈ ਸਿਰ ਕੋਈ ਗੱਲਬਾਤ ਘਟਨਾ ਕਹੀ ਜਾਵੇ। ਹਾਂਜੀ ਅਤੇ ਉਦੋਂ ਵੀ ਵੱਡੀ ਗੱਲ ਕਿ ਇਹੋ ਜਿਹੇ ਮੇਲੇ ਜਿਹੜੇ ਆ ਉਹ ਪੈਸੇ ਧੇਲੇ ਬਿਨਾਂ ਸਿਰੇ ਨਹੀਂ ਚੜ੍ਹਦੇ ਹੈਗੇ। ਹਾਂਜੀ ਸ਼ੁਰੂ ਦੇ ਵਿੱਚ ਸਪੌਂਸਰ ਦੇ ਕੀ ਤੁਹਾਡੇ ਪ੍ਰਤੀ ਰਵੱਈਆ ਸੀਗਾ ਅਤੇ ਅੱਜ ਸਪੌਂਸਰ ਕੀ ਹੈਗੇ ਨੇ? ਜੀ ਜਦੋਂ ਅਸੀਂ ਮੇਲਾ ਸ਼ੁਰੂ ਕੀਤਾ ਹੈ ਨਾ ਉਦੋਂ ਐਕਚੁਲੀ ਜੇ ਮੈਂ ਕਹਾਂ ਕਿ ਇੰਨਾ ਮੇਲੇ ਬਾਰੇ ਪਤਾ ਵੀ ਨਹੀਂ ਸੀਗਾ ਕਿ ਇੱਥੇ ਮੇਲਾ ਹੋਊਗਾ, ਇੱਥੇ ਅਸੀਂ ਇੰਨਾ ਇਕੱਠੇ ਹੋ ਕੇ ਬੈਠਾਂਗੇ। ਉਦੋਂ ਤਾਂ ਪਹਿਲਾਂ ਇੱਕ ਸਾਡੀ ਪਿਕਨਿਕ ਵਾਂਗੂ ਸੀਗਾ। ਅੱਛਾ ਇੱਕ ਕਹਿ ਸਕਦੇ ਫੈਮਿਲੀ ਇਵੈਂਟ, ਮਤਲਬ ਕਹਿ ਲਓ ਕਿ 20-25 ਜਾਂ 30-40 ਫੈਮਿਲੀਆਂ ਬਹਿ ਕੇ ਆਪਾਂ ਇੱਕ ਕਰੀਏ ਪ੍ਰੋਗਰਾਮ, ਰਾਈਟ? ਪੈਸੇ ਇਕੱਠੇ ਕਰਕੇ। ਹਾਂਜੀ ਅਸੀਂ ਇਕੱਠੇ ਬੈਠੀ ਕਿਤੇ ਤਾਂ ਅਸੀਂ ਮਤਲਬ ਖਾਣਾ ਔਡਰ ਕਰੀਏ ਇੱਦਾਂ, ਹੈ ਨਾ? ਮਤਲਬ ਬਈ ਉਸ ਤੋਂ ਬਾਅਦ ਫਿਰ ਕੀ ਹੈ ਕਿ ਜਿਵੇਂ ਜਿਵੇਂ ਅਸੀਂ ਦੇਖਿਆ ਕਿ ਸਾਡੇ ਸਪੌਂਸਰ ਸਾਡੇ ਨਾਲ ਜੁੜਨਾ ਚਾਹੁੰਦੇ ਆ, ਉਹ ਕੰਟਰੀਬਿਊਟ ਕਰਨਾ ਚਾਹੁੰਦੇ ਆ, ਉਹ ਸਾਨੂੰ ਪੈਸਾ ਵੀ ਦੇਣਾ ਚਾਹੁੰਦੇ ਆ, ਸਾਡੇ ਆਉਣਾ ਵੀ ਚਾਹੁੰਦੇ ਉੱਥੇ, ਰਾਈਟ? ਫਿਰ ਅਸੀਂ ਸਪੌਂਸਰਾਂ ਨੂੰ ਅਪਰੋਚ ਕਰਨਾ ਸ਼ੁਰੂ ਕੀਤਾ, ਜਿੱਥੋਂ ਤੱਕ ਸਪੌਂਸਰਾਂ ਨੇ ਸਾਨੂੰ ਵੀ ਅਪਰੋਚ ਕਰਨਾ ਸ਼ੁਰੂ ਕੀਤਾ ਕਿ ਮਤਲਬ ਅਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ। ਅਤੇ ਜਿਹੜਾ ਖਰਚਾ ਵੱਧ ਅੱਜ 16,000 ਤੋਂ ਸ਼ੁਰੂ ਕੀਤਾ ਸੀ, ਖਰਚ ਕਿਹੜੇ ਵੱਧਦੇ ਨੇ? ਮਤਲਬ ਇੱਕ ਤਾਂ ਇਹ ਹੁੰਦਾ ਵੀ ਜਿਵੇਂ ਜਿਵੇਂ ਪੈਸੇ ਵੱਧ ਆਉਣ ਲੱਗ ਪਏ ਸਿੰਗਰ ਮਹਿੰਗਾ ਬੁਲਾਉਣ ਲੱਗ ਪਏ। ਹਾਂਜੀ ਬਿਲਕੁਲ। ਹਾਂਜੀ ਅੱਛਾ ਜਿਹੜਾ ਜ਼ਿਆਦਾ ਮੇਨ ਆ ਜੀ, ਅਸੀਂ ਜਿੱਦਾਂ ਹੁਣ ਜਿਵੇਂ ਸਾਨੂੰ ਪੈਸਾ ਕਲੈਕਟ ਹੁੰਦਾ ਜਾਂਦਾ ਹੈ ਨਾ, ਫਿਰ ਅਸੀਂ ਜਿਹੜੇ ਨਾਮ ਨੇ ਨਾ ਮੈਚਾਂ ਦੇ ਕਬੱਡੀ ਦਾ, ਹੁਣ ਫਾਰ ਐਗਜ਼ਾਮਪਲ ਪਹਿਲਾਂ ਜਦੋਂ ਅਸੀਂ ਉਦੋਂ ਮੈਂ ਤਨੀਸ ਵਿੱਚ ਮੈਨੂੰ ਲੱਗਦਾ ਕਿ ਉਦੋਂ ਫ੍ਰੀ ਵਾਂਗੂ ਹੀ ਆਏ ਸੀਗੇ ਪਹਿਲਾਂ। ਅੱਛਾ ਹਾਂਜੀ ਠੀਕ ਹੈ, ਚਲੋ ਆਪਾਂ ਕਿਉਂਕਿ ਸਮਾਂ ਬਹੁਤ ਥੋੜ੍ਹਾ, ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਮੈਂ ਕਰਨੀ ਚਾਹੁੰਦਾ ਸਾਡੇ ਦਰਸ਼ਕਾਂ ਵਾਸਤੇ, ਖਾਸ ਤੌਰ 'ਤੇ ਘਰਾਂ 'ਚ ਬੈਠੇ ਦਰਸ਼ਕਾਂ ਵਾਸਤੇ, ਉਹ ਹੈ ਕਿ ਤੁਸੀਂ ਸੰਸਥਾ ਬਣਾਈ ਹੈ, ਬਹੁਤ ਵਧੀਆ ਕੰਮ ਹੈ, ਬਹੁਤ ਵਧੀਆ ਤੁਹਾਡੇ ਮੈਂਬਰ ਨੇ ਸਾਰੇ, ਬੜਾ ਇਤਫਾਕ ਹੈਗਾ ਆਫਿਸ ਦੇ ਵਿੱਚ। ਅਤੇ ਹੋਰ ਕੀ ਕੰਮ ਕਰਨਾ ਚਾਹੁੰਦੀਆਂ ਇਹ ਸੰਸਥਾਵਾਂ, ਜਾਂ ਇਸ ਮੇਲੇ ਤੱਕ ਹੀ ਸੀਮਤ ਹੈ ਤੁਹਾਡੀ ਸੰਸਥਾ ਜਿਹੜੀ? ਸਾਡੀ ਸੰਸਥਾ ਅਜੇ ਤਾਂ ਮੇਲੇ ਤੱਕ ਹੀ ਸੀਮਤ ਹੈ, ਮਤਲਬ ਹੁਣ ਤੱਕ।
ਵਿੱਚੋਂ ਕੁਝ ਕਿ ਮਤਲਬ ਕਿ ਸਾਰੀ ਵੈਸੇ ਕਮੇਟੀ ਦਾ ਸਾਥ ਆ, ਕੁਝ ਹੋਰ ਜਿੱਦਾਂ ਫਾਰ ਐਗਜ਼ਾਮਪਲ ਲਾਸਟ ਈਅਰ ਹਰਭਜਨ ਮਾਨ ਦਾ ਸ਼ੋਅ ਕਰਵਾਇਆ ਸੀਗਾ, ਇਹੋ ਜਿਹੇ ਐਕਟੀਵਿਟੀ? ਸ਼ੋਅ ਇੱਕ ਅਲੱਗ ਚੀਜ਼ ਹੈ, ਅਸੀਂ ਉੱਥੇ ਫ੍ਰੀ ਹਾਂਜੀ ਲੰਗਰ ਲਾ ਤਾ, ਉਹ ਇੱਕ ਅਲੱਗ ਚੀਜ਼ ਹੈ। ਹਾਂਜੀ, ਮੈਂ ਸਮਝਦਾ ਜਿਹੜੇ ਤੁਹਾਡੇ ਵਰਗੀਆਂ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਹੋਰ ਆ ਰਿਹਾ ਮੈਂ ਜੀ। ਹਾਂ, ਉਸ ਤਰ੍ਹਾਂ ਨਹੀਂ, ਹੁਣ ਅਸੀਂ ਇਸ ਹੁਣ ਸੋਚਦੇ ਹਾਂ ਕਿ ਜੇ ਸਾਡੇ ਕੋਲ ਥੋੜ੍ਹਾ ਮਨੀ ਹੋਵੇ, ਸਪੇਅਰ ਮਨੀ ਹੋਵੇ, ਅਸੀਂ ਮਤਲਬ ਕਿਸੇ ਦੀ ਸਪੋਰਟ ਵੀ ਕਰੀਏ ਕਿਸੇ ਸੰਸਥਾ ਦੀ, ਫਾਰ ਐਗਜ਼ਾਮਪਲ ਜਾਂ ਕਿਸੇ ਮਤਲਬ ਨੀਡੀ ਪੀਪਲ ਦੀ, ਮੰਨ ਲਓ ਅਸੀਂ ਕਿਹੜਾ ਮਾਨੀਟਰ ਕਰਦੇ ਹਾਂ ਕਿ ਮੰਨ ਲਓ ਕੋਈ ਨਿਊਜ਼ ਪੇਪਰ ਦੇ ਵਿੱਚ ਕਿਸੇ ਕੋਈ ਇਹੋ ਜਿਹੀ ਚੀਜ਼ ਹੈਗੀ ਹੈ, ਹਾਂਜੀ ਉਸ ਚੀਜ਼ ਮੈਂ ਸੋਚਦੇ ਸਪੋਰਟ ਕਰੀ ਜਿੰਨੀ ਕਰ ਸਕਦੇ। ਫਿਰ ਕੱਲ੍ਹ ਦਾ ਇੱਕ ਤਾਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਕੱਲ੍ਹ ਦਾ ਸ਼ਡਿਊਲ ਕੀ ਹੈ, ਕੀ ਕੀ ਗੇਮਾਂ ਨੇ ਔਰ ਟਾਈਮਿੰਗ ਵਗੈਰਾ ਸਾਰੀ ਸੈੱਟ ਹੈਗੀ ਹੈ? ਕੱਲ੍ਹ ਜੀ ਸਾਨੂੰ ਅਸੀਂ ਸਾਰਾ ਸਕੈਜੂਲ ਇਹ ਕਿ ਆਪਾਂ ਉੱਥੇ ਟੀਮ ਮੈਂਬਰ ਹਨ ਸਾਰੇ 7 ਵਜੇ ਉੱਥੇ ਪਹੁੰਚਦੇ ਹਾਂ ਅਤੇ 8 ਵਜੇ ਅਸੀਂ ਅਰਦਾਸ ਤੋਂ ਮੇਲਾ ਸ਼ੁਰੂ ਕਰਦੇ ਹਾਂ ਜੀ। ਅਰਦਾਸ ਤੋਂ ਮੇਲਾ ਸ਼ੁਰੂ ਕਰਦੇ ਹਾਂ, ਉਹਨੂੰ ਫਿਰ ਅਰਦਾਸ ਹੋ ਕੇ ਅਤੇ ਫਿਰ ਸਾਡਾ ਜਿਹੜੇ ਪਹਿਲਾ ਮੈਚ ਕਬੱਡੀ ਦਾ ਮੇਰੇ ਖਿਆਲ ਨਾਲ 9 ਵਜੇ ਤਾਂ 10 ਵਜੇ ਇੱਥੇ ਸ਼ੁਰੂ ਹੋ ਜਾਂਦਾ ਜੀ। ਫਿਰ ਦੂਸਰੇ ਪਾਸੇ ਸਾਕਰ ਹੈ ਅਤੇ ਵਾਲੀਬਾਲ ਹੈ, ਉਹ ਵੀ ਸ਼ੁਰੂ ਹੋ ਜਾਂਦੇ ਆ। ਫਿਰ ਲੇਡੀਜ਼ ਦਾ, ਬੱਚਿਆਂ ਦਾ, ਜਿੱਦਾਂ ਆਪਣੇ ਭਾਬੀ ਹਰਜਿੰਦਰ ਇਹ ਇੱਕ ਅਰੇਂਜ ਕਰਦੇ ਹੁੰਦੇ, ਉਹ ਸ਼ੁਰੂ ਹੋ ਜਾਂਦਾ ਵਾ, ਜਿੱਦਾਂ ਭੰਗੜਾ ਵੀ ਹੁੰਦਾ ਹੈ। ਠੀਕ ਹੈ, ਹਾਂਜੀ, ਠੀਕ ਹੈ ਜੀ। ਹਾਂਜੀ ਹਰਜਿੰਦਰ ਜੀ, ਮੇਰੇ ਖਿਆਲ ਕੁਛ ਕਹਿਣਾ ਚਾਹੁੰਦੇ ਸੀਗੇ ਵਿੱਚੇ, ਪਹਿਲਾਂ ਜਦੋਂ ਬ੍ਰੇਕ ਮੈਂ ਲੈ ਲਈ ਆ। ਇਸ਼ੂ ਸਾਹਿਬ ਜੋ ਮੈਕ ਜੀ, ਕੋਈ ਗੱਲ ਰਹਿ ਨਹੀਂ ਜਾਣੀ ਚਾਹੀਦੀ ਜ਼ਰੂਰ। ਹਾਂਜੀ ਹਾਂਜੀ, ਇੱਕ ਵਾਰੀ ਫਿਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਇੱਕ ਅਨਾਊਂਸਮੈਂਟ ਕਰਨੀ ਸੀ ਕਿ ਲੇਡੀਜ਼ ਵਾਸਤੇ, ਜਿਵੇਂ ਕਿ ਇਹ ਮੇਲਾ ਤਾਂ ਚਲੋ ਪੂਰਾ ਪਰਿਵਾਰਿਕ ਹੋ ਗਿਆ, ਲੇਡੀਜ਼ ਵਾਸਤੇ ਅਤੇ ਬੱਚਿਆਂ ਵਾਸਤੇ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੀਆਂ ਦਾ ਮੇਲਾ, ਤੀਆਂ ਦਾ ਕਰਨ ਵਾਸਤੇ 13 ਅਗਸਤ ਨੂੰ ਹੈਰੀਟੇਜ ਪਾਰਕ ਸ਼ਾਮੀ 4 ਤੋਂ 9 ਵਜੇ, 13 ਅਗਸਤ ਨੂੰ ਸੈਟਰਡੇ ਵਾਲਾ ਦਿਨ ਬਣਦਾ ਆ, ਅਤੇ ਉਸ ਵਿੱਚ ਸਾਰੀ ਲੇਡੀਜ਼ ਅਤੇ ਬੱਚੇ ਪਲੀਜ਼ ਪਹੁੰਚੋ। ਡਿਨਰ ਵਗੈਰਾ ਵੀ ਮਿਲੂਗਾ ਸਾਰਾ ਕੁਛ, ਅਤੇ ਲੇਡੀਜ਼ ਦੀ ਕਾਫੀ ਇੰਜੋਇਮੈਂਟ ਵੀ ਹੋਊਗੀ। ਅਤੇ ਮੈਂ ਸਾਰੀਆਂ ਲੇਡੀਜ਼ ਨੂੰ ਰਿਕੁਐਸਟ ਕਰਦੀ ਹਾਂ ਕਿ ਆਪਣੀਆਂ ਜਿਹੜੀਆਂ ਘਰੇ ਮਾਤਾਵਾਂ ਅਤੇ ਆਪਣੀਆਂ ਜਿਹੜੀਆਂ ਮਦਰ ਲਾਸ ਬੈਠੀਆਂ ਨੇ, ਜਿਨ੍ਹਾਂ ਵਿਚਾਰੀਆਂ ਨੂੰ ਕਦੀ ਕਿਤੇ ਜਾਣ ਦਾ ਘੱਟ ਹੀ ਮੌਕਾ ਮਿਲਦਾ ਹੈ, ਉਹ ਕੰਮਾਂ 'ਤੇ ਵੀ ਨਹੀਂ ਜਾਂਦੀਆਂ, ਉਹਨਾਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ, ਕਿਉਂਕਿ ਇਹ ਸਿਰਫ ਉਹਨਾਂ ਦੀ ਇੱਕ ਇਸੇ ਤਰ੍ਹਾਂ ਦੀ ਇੰਟਰਟੇਨਮੈਂਟ ਹੁੰਦੀ ਆ, ਜਿਹਦੇ ਵਿੱਚ ਉਹ ਵਿਚਾਰੀਆਂ ਆਪਣੀਆਂ ਪੁਰਾਣੀਆਂ ਬੋਲੀਆਂ ਪਾ ਕੇ ਆਪਣੀ ਕੀ ਕਹਿੰਦੇ ਹੁੰਦੇ ਜਵਾਨੀ ਨੂੰ ਤਾਜ਼ਾ ਕਰ ਸਕਦੀਆਂ। ਥੈਂਕ ਯੂ ਜੀ। ਅੱਛਾ ਹਰਜਿੰਦਰ ਜੀ, ਤੁਸੀਂ ਲੇਡੀਜ਼ ਦੀ ਵਾਰ ਵਾਰ ਗੱਲ ਕਰ ਰਹੇ ਹੋ, ਮੈਂ ਜੈਂਟਸ ਅਲਾਊਡ ਨਹੀਂ ਹੈਗੇ ਉੱਥੇ? ਨਹੀਂ ਜੀ। ਇਹੋ ਜਿਹੀਆਂ ਕਿਹੜੀਆਂ ਗੱਲਾਂ ਕਰਨੀਆਂ ਤੁਸੀਂ ਜੈਂਟਸ ਅਲਾਊਡ ਨਹੀਂ? ਉਸ ਵਿੱਚ ਜੈਂਟਸ ਅਲਾਊਡ ਨਹੀਂ, ਕਿਉਂਕਿ ਜੈਂਟਸ ਤਾਂ ਵੈਸੇ ਹੀ ਕੀ ਕਹਿੰਦੇ ਮਰਦ ਪ੍ਰਧਾਨ ਇਹ ਮੁਲਕ ਹੈਗਾ ਆ, ਤੇ ਇਹ ਤਾਂ ਹਰ ਇੱਕ ਥਾਂ ਪ੍ਰਧਾਨ ਹੁੰਦੇ, ਕਦੀ ਕਦੀ ਲੇਡੀਜ਼ ਨੂੰ ਵੀ ਬ੍ਰੇਕ ਮਿਲਣੀ ਚਾਹੀਦੀ। ਬੜੀ ਮਿਹਰਬਾਨੀ ਜੀ। ਆਪਾਂ ਸੁਖਦੇਵ ਜੀ, ਕੋਈ ਹੋਰ ਖਾਸ ਗੱਲ ਕਹਿਣੀ ਚਾਹੁੰਦੇ ਹੋ ਅਖੀਰ ਦੇ ਵਿੱਚ? ਉਸ ਤੋਂ ਬਾਅਦ ਫਿਰ ਸੁਰਜੀਤ ਖਾਨ ਨੂੰ ਆਪਾਂ ਮੌਕਾ ਦੇਵਾਂਗੇ। ਕੱਲ੍ਹ ਮੇਲੇ ਦੀ ਸਾਰੀ ਰੂਪਰੇਖਾ ਤਿਆਰ ਹੈ, ਤੁਸੀਂ ਦੱਸਿਆ ਜਿਵੇਂ ਕਿ ਹਰ ਇੱਕ ਚੀਜ਼ ਟਾਈਮ 'ਤੇ ਹੈਗੀ ਹੈ, ਅਤੇ 2 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਲਾਈਵ ਮੇਲਾ ਚੱਲੇਗਾ। ਹਾਂਜੀ, ਫਿਰ ਵੀ ਘਰਾਂ 'ਚ ਬੈਠੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਕੁਛ? ਮੈਂ ਜੀ ਇਹ ਕਹਿਣਾ ਚਾਹੁੰਦਾ ਹਾਂ ਕਿ ਕੱਲ੍ਹ ਨੂੰ ਸਾਰੇ ਇੱਥੇ ਮਿਸ਼ੀਗਨ ਦੇ ਜਿੰਨੇ ਵੀ ਪੰਜਾਬੀ ਆ ਉਹ ਮੇਲੇ 'ਤੇ ਆਉਣ, ਇਸ ਬੜਾ ਹੀ ਵਧੀਆ ਮੇਲਾ ਹੋਣਾ ਵਾ, ਬਹੁਤ ਵਧੀਆ ਇੱਥੇ ਮੈਚਿਜ਼ ਹੋਣੇ ਆ, ਬੜੀਆਂ ਵੱਡੀਆਂ ਵੱਡੀਆਂ ਟੀਮ ਮੈਚ ਕੇ ਆ ਰਹੀਆਂ ਨੇ, ਅਤੇ ਐਤਕੀ ਮਤਲਬ ਸਿੰਗਰ ਵੀ ਸੁਰਜੀਤ ਖਾਨ ਕਾਫੀ ਮਤਲਬ ਵੱਡੇ ਸਿੰਗਰ ਨੇ ਆਏ ਹੋਏ ਨੇ। ਉਮਰ 'ਚ ਵੱਡਾ ਨਹੀਂ, ਉਮਰ ਨਹੀਂ, ਉਹ ਜੀ ਸਟੈਟਸ ਦੇ ਵੱਡੇ ਸਿੰਗਰ। ਬਾਕੀ ਇਹ ਕਹਿਣਾ ਜੀ, ਸਾਡੇ ਜਿਹੜਾ ਮੇਲਾ ਦੇ ਸਪੋਂਸਰ ਸੀ ਨਾ, ਪਹਿਲਾਂ ਅਸਾਂ ਪਹਿਲਾਂ ਸਪੋਂਸਰ ਸੀ ਨਹੀਂ ਜਦੋਂ ਪਹਿਲਾਂ, ਹੈ ਨਾ, ਇਸ ਵੇਲੇ ਸਾਡੇ 150 ਸਪੋਂਸਰ ਤੋਂ ਉੱਪਰ ਨੇ, 6 ਉੱਪਰ ਸਪੋਂਸਰ ਨੇ ਜਿਹੜੇ ਮਤਲਬ ਕਿ ਕੋਈ ਤੁਸੀਂ 6ਾਂ ਦਾ ਨਾਮ ਲੈ ਦਿਓ, ਬਾਕੀ ਆਪਾਂ ਫਿਰ ਕੱਲ੍ਹ ਨੂੰ ਗੱਲਬਾਤ ਕਰਾਂਗੇ ਕਿਉਂਕਿ ਸਮਾਂ ਬ੍ਰੇਕ ਦਾ ਹੋ ਗਿਆ। 6ਾਂ ਦਾ ਨਾਮ ਦੱਸ ਦਿਓ ਮੇਨ ਸਪੋਂਸਰ ਜਿਹੜੇ ਆਪਣੇ। ਚੇਨ ਸਿੰਘ ਆ ਜੀ, ਹਰਪ੍ਰੀਤ ਸਿੰਘ ਆਲੂਵਾਲੀ ਆ, ਕਰਨ ਗੈਲ ਜਿਹੜਾ ਸਾਡਾ ਕਮੇਟੀ ਮੈਂਬਰ ਵੀ ਆ ਜੀ, ਤੇ ਰਤਨ ਸਿੰਘ ਸਿੱਖ। ਚਲੋ ਜੀ, ਬਹੁਤ ਮਿਹਰਬਾਨੀ ਤੁਹਾਡੀ ਗੱਲਬਾਤ ਕਰਨ ਵਾਸਤੇ, ਤੇ ਘਰਾਂ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਮੈਂ ਦੱਸ ਦੇਵਾਂਗੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ, ਤੇ ਇਸ ਬ੍ਰੇਕ ਤੋਂ ਬਾਅਦ ਸੁਰਜੀਤ ਖਾਨ ਅਤੇ ਰਣਜੀਤ ਬਾਠ ਉਹ ਵੀ ਇੱਥੇ ਪਹੁੰਚੇ ਹੋਏ ਨੇ, ਜਿਨ੍ਹਾਂ ਨੇ ਕੱਲ੍ਹ ਨੂੰ ਪਰਫੋਰਮ ਕਰਨਾ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਥੋੜ੍ਹਾ ਥੋੜ੍ਹਾ ਜਿਹਾ ਅੱਜ ਸੁਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਬਾਕੀ ਜਿਹੜਾ ਖੁੱਲ੍ਹ ਕੇ ਗਾਉਣਗੇ ਅਤੇ ਖੁੱਲ੍ਹ ਕੇ ਮਨੋਰੰਜਨ ਉਹ ਕੱਲ੍ਹ ਨੂੰ ਵਿਕਟਰੀ ਪਾਰਕ ਕੈਂਟਨ ਦੇ ਵਿੱਚ ਜਿਹੜਾ ਲਾਈਵ ਅਸੀਂ ਦਿਖਾਵਾਂਗੇ 2 ਵਜੇ ਤੋਂ ਲੈ ਕੇ 8 ਵਜੇ ਤੱਕ ਜਸ ਪੰਜਾਬੀ 'ਤੇ, ਉਹਦੇ 'ਚ ਪਰਫੋਰਮ ਕਰਨਗੇ, ਹੋਰ ਵੀ ਬੜੇ ਸ਼ੁਗਲ ਮੇਲੇ ਇੱਥੇ ਹੋਣਗੇ। ਸੋ ਫਿਲਹਾਲ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ।